ਹਾਂਜੀ ਹੈਲੋ ਬੱਚੋ, ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸ਼ਰਮਾ ਲੋਜੀਕਲ ਕਲਾਸ ਸ਼ੈਨਾ ਚ। ਤਾਂ ਅੱਜ ਆਪਾਂ ਗੱਲ ਕਰ ਦਿਆਂਗੇ ਕਾਈਨੇਮੈਟਿਕ ਇਕੁਏਸ਼ਨ ਫਾਰ ਯੂਨੀਫਾਰਮ ਐਕਸਲਰੇਟਡ ਮੋਸ਼ਨ ਦੇ ਲਈ। ਬੱਚੋ, ਕਾਈਨੇਮੈਟਿਕ ਇਕੁਏਸ਼ਨ ਆਪਾਂ ਤਿੰਨ ਇਕੁਏਸ਼ਨ ਪੜ੍ਹੀਆਂ ਹੋਈਆਂ ਕਲਾਸ 9th ਚ ਪੜ੍ਹਦੇ ਹਾਂ। ਫਸਟ ਇਕੁਏਸ਼ਨ ਆਪਣੇ ਕੋਲ ਵੀ ਇਕੁਅਲ ਟੂ ਯੂ ਪਲੱਸ 80, ਸੈਕਿੰਡ ਇਕੁਏਸ਼ਨ ਆਪਣੇ ਕੋਲ ਐਸ ਇਕੁਅਲ ਟੂ ਯੂ ਟੀ ਪਲੱਸ ਹਾਫ 80 ਸਕੇਅਰ, ਐਂਡ ਥਰਡ ਇਕੁਏਸ਼ਨ ਆਪਣੇ ਕੋਲ ਵੀ ਸਕੇਅਰ ਮਾਈਨਸ ਯੂ ਸਕੇਅਰ ਇਕੁਅਲ ਟੂ 2 AS। ਤਾਂ ਇਹ ਤਿੰਨ ਕਾਈਨੇਮੈਟਿਕ ਦੇ ਇਕੁਏਸ਼ਨ ਹੈਗੇ ਆ। ਇਹਦੇ ਵਿੱਚ ਵੀ ਹੁੰਦੀ ਆ ਆਪਣੇ ਕੋਲ ਫਾਈਨਲ ਵੈਲੋਸਿਟੀ, ਯੂ ਹੁੰਦੀ ਆਪਣੇ ਕੋਲ ਇਨੀਸ਼ੀਅਲ ਵੈਲੋਸਿਟੀ, ਐਸ ਮਤਲਬ ਕਿ ਡਿਸਪਲੇਸਮੈਂਟ, ਟੀ ਹੁੰਦਾ ਟਾਈਮ, ਤੇ ਏ ਹੁੰਦੀ ਆਪਣੇ ਕੋਲ ਐਕਸਲਰੇਸ਼ਨ। ਤਾਂ ਇਹ ਆਪਾਂ ਇਕੁਏਸ਼ਨ ਪੜ੍ਹੀਆਂ ਹੋਈਆਂ, ਇਹ ਇਕੁਏਸ਼ਨ ਆਪਾਂ ਯੂਜ਼ ਕਰਦੇ ਹਾਂਗੇ ਮੋਸ਼ਨ ਦੇ ਰਿਲੇਟਡ ਨਮੈਰੀਕਲ ਸੋਲਵ ਕਰਦੀ। ਇਹ ਕਿਹੜੇ ਕਿੰਨਾ ਲਈ ਆ ਇਕੁਏਸ਼ਨ ਹੈ? ਫੋਰ ਯੂਨੀਫਾਰਮ ਐਕਸਲਰੇਸ਼ਨ ਦੇ। ਯੂਨੀਫਾਰਮ ਐਕਸਲਰੇਸ਼ਨ ਕਿੰਨੀ ਹੋਊ ਆਪਣੇ ਕੋਲ? ਏ। ਤਾਂ ਇਹ ਆਪਾਂ 9th ਕਲਾਸ ਦੇ ਵਿੱਚ ਪੜ੍ਹਿਆ ਹੋਇਆਗਾ। ਆਪਾਂ ਹੁਣ ਆਪਾਂ ਕੀ ਗੱਲ ਕਰਨੀ ਹੈ? ਇਹਨਾਂ ਦੀ ਡੈਰੀਵੇਸ਼ਨ ਕਰਨੀ ਹੈ। ਆਪਾਂ ਕਰਨੀ ਹੈਗੀ ਡੈਰੀਵੇਸ਼ਨ। ਤਾਂ ਇਹਦੀ ਡੈਰੀਵੇਸ਼ਨ ਦੇ ਦੋ ਤਰੀਕੇ ਹੁੰਦੇ ਆਪਣੇ ਕੋਲ। ਇੱਕ ਤਾਂ ਹੁੰਦਾ ਕੈਲਕੂਲਸ ਮੈਥਡ, ਫਸਟ ਮੈਥਡ ਦਾ ਹੁੰਦਾ ਆਪਣੇ ਕੋਲ ਕੈਲਕੂਲਸ, ਅਤੇ ਦੂਜਾ ਆਪਣੇ ਕੋਲ ਮੈਥਡ ਹੁੰਦਾ ਗ੍ਰਾਫੀਕਲ। ਗ੍ਰਾਫੀਕਲ ਬੱਚੇ ਤੁਸੀਂ ਪੜ੍ਹਿਆ ਹੋਇਆ 9th ਕਲਾਸ ਦੇ ਵਿੱਚ। ਅੱਜ ਆਪਾਂ ਗੱਲ ਕਰਾਂਗੇ ਕੈਲਕੂਲਸ ਮੈਥਡ ਦੀ। ਆਪਾਂ ਡਰਾਈਵ ਕਰਨੀ ਹੈ ਇਕੁਏਸ਼ਨ, ਕਿਵੇਂ ਬਣੀ ਆਪਣੇ ਕੋਲ ਇਕੁਏਸ਼ਨ ਉਹ ਆਪਾਂ ਦੇਖਾਂਗੇ, ਅਤੇ ਕਿਵੇਂ ਦੇਖਾਂਗੇ ਆਪਾਂ ਕੈਲਕੂਲਸ ਮੈਥਡ ਦੇ ਨਾਲ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫਸਟ ਇਕੁਏਸ਼ਨ ਦੀ। ਆਪਣੇ ਕੋਲ ਫਸਟ ਇਕੁਏਸ਼ਨ ਹੈਗੀ ਵੀ ਇਕੁਅਲ ਟੂ ਯੂ ਪਲੱਸ 80। ਤਾਂ ਬੱਚੋ ਆਪਾਂ ਕੀਤਾ ਸੀ, ਇਹ ਦੋ ਚੀਜ਼ਾਂ ਯਾਦ ਰੱਖਣੀਆਂ। ਵੈਲੋਸਿਟੀ ਹੁੰਦੀ ਆ ਆਪਣੇ ਕੋਲ ਚੇਂਜ ਇਨ ਡਿਸਪਲੇਸਮੈਂਟ ਵਿਦ ਟਾਈਮ। ਵੈਲੋਸਿਟੀ ਕੀ ਹੁੰਦੀ ਆ? ਬਾਡੀ ਦੀ ਕਿੰਨੀ ਡਿਸਪਲੇਸਮੈਂਟ ਚੇਂਜ ਹੋ ਰਹੀ ਹੈ ਵਿਦ ਟਾਈਮ, ਡਿਸਪਲੇਸਮੈਂਟ ਓਵਰ ਟਾਈਮ। ਤਾਂ ਵੈਲੋਸਿਟੀ ਨਾਲ ਆਪਾਂ ਲਿਖ ਸਕਦੇ ਹਾਂ ਡੀਐਸ ਓਵਰ ਡੀਟੀ, ਮਤਲਬ ਡੀਐਸ ਮਤਲਬ ਚੇਂਜ ਇਨ ਡਿਸਪਲੇਸਮੈਂਟ ਓਵਰ ਡੀਟੀ ਮਤਲਬ ਟਾਈਮ। ਤਾਂ ਇਹ ਡਿਫਰੈਂਸ਼ੀਅਲ ਹੁੰਦੀ ਹੈਗੀ। ਡਿਫਰੈਂਸ਼ੀਅਲ ਆਪਾਂ ਵੈਸੇ ਤੁਸੀਂ ਪੜ੍ਹਿਆ ਹੋਇਆ ਤਾਂ ਚਲੋ ਚੰਗੀ ਗੱਲ, ਜੇ ਤੁਹਾਨੂੰ ਨਹੀਂ ਪਤਾ ਤਾਂ ਆਪਾਂ ਇਹਦੇ ਵਾਸਤੇ ਇੱਕ ਸੈਪਰੇਟ ਵੀਡੀਓ ਬਣਾਵਾਂਗੇ ਡਿਫਰੈਂਸ਼ੀਏਸ਼ਨ ਲਈ। ਆ ਡੀਐਸ ਓਵਰ ਡੀਟੀ ਮਤਲਬ ਡੀ ਲੰਬੀ ਨਿੱਕੀ ਹੁੰਦਾ, ਡਿਫਰੈਂਸ਼ੀਏਸ਼ਨ ਹੁੰਦਾ ਇਹਦਾ ਮਤਲਬ। ਅਤੇ ਆਪਾਂ ਸਿੱਖਾਂਗੇ ਵੀ ਡਿਫਰੈਂਸ਼ੀਏਸ਼ਨ ਕਰਦੇ ਕਿਵੇਂ ਹੈਗੇ। ਅਤੇ ਦੂਜਾ ਆਪਣੇ ਕੋਲ ਐਕਸਲਰੇਸ਼ਨ। ਐਕਸਲਰੇਸ਼ਨ ਹੁੰਦੀ ਹੈ ਡੀਐਸ ਓਵਰ ਡੀਟੀ, ਡੀਵੀ ਓਵਰ ਡੀਟੀ। ਵੈਲੋਸਿਟੀ ਹੁੰਦੀ ਹੈ ਆਪਣੇ ਕੋਲ ਡੀਐਸ ਓਵਰ ਡੀਟੀ, ਮਤਲਬ ਕਿੰਨੀ ਡਿਸਪਲੇਸਮੈਂਟ ਹੋ ਰਹੀ ਹੈ ਕਿੰਨੇ ਟਾਈਮ 'ਚ। ਅਤੇ ਐਕਸਲਰੇਸ਼ਨ ਹੁੰਦੀ ਹੈ ਡੀਵੀ ਓਵਰ ਡੀਟੀ, ਡੀਵੀ ਮਤਲਬ ਕਿੰਨੀ ਵੈਲੋਸਿਟੀ ਚੇਂਜ ਹੋ ਰਹੀ ਹੈ। ਵੀ ਡੀ ਦਾ ਡੀ ਡੋਨੇਟ ਕਰਦੀ ਹੈ ਚੇਂਜ ਨੂੰ, ਡੀ ਡੋਨੇਟ ਕਰਦੀ ਹੈ ਚੇਂਜ ਨੂੰ। ਤਾਂ ਡੀਵੀ ਮਤਲਬ ਕਿੰਨੀ ਵੈਲੋਸਿਟੀ ਚੇਂਜ ਹੋ ਰਹੀ ਹੈ। ਤਾਂ ਇਹ ਆਪਾਂ ਪਹਿਲਾਂ ਪੜ੍ਹਿਆ ਹੋਇਆ ਐਕਸਲਰੇਸ਼ਨ ਕੀ ਹੁੰਦੀ ਹੈ, ਚੇਂਜ ਇਨ ਵੈਲੋਸਿਟੀ ਵਿਦ ਟਾਈਮ। ਤਾਂ ਐਕਸਲਰੇਸ਼ਨ ਦੇ ਆਪਣੇ ਕੋਲ ਡੀਵੀ ਓਵਰ ਡੀਟੀ। ਤਾਂ ਇਹਨਾਂ ਤੋਂ ਮਿਲ ਕੇ ਆਪਾਂ ਕੈਲਕੂਲਸ ਮੈਥਡ ਦੇ ਨਾਲ ਕੀ ਕਰਨੀ ਹੈ ਨਾ, ਡਰਾਈਵ ਕਰਨੀ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂਗੇ, ਫਸਟ ਇਕੁਏਸ਼ਨ ਨੂੰ ਡਰਾਈਵ ਕਰਦੇ ਹਾਂ। ਫਸਟ ਤੁਸੀਂ ਲਿਖ ਲਓ ਏ ਇਕੁਅਲ ਟੂ ਡੀਵੀ ਓਵਰ ਡੀਟੀ। ਹਾਂਜੀ, ਇਹ ਇੱਥੋਂ ਹੀ ਲਿਆ ਆਪਾਂ। ਐਕਸਲਰੇਸ਼ਨ ਕੀ ਹੁੰਦੀ ਹੈ? ਡੀਵੀ ਓਵਰ ਡੀਟੀ, ਡੀਵੀ ਮਤਲਬ ਚੇਂਜ ਇਨ ਵੈਲੋਸਿਟੀ ਵਿਦ ਟਾਈਮ, ਟਾਈਮ ਆਪਾਂ ਐਵੇਂ ਡੋਨੇਟ ਕਰਦਾ ਚੇਂਜ ਇਨ ਵੈਲੋਸਿਟੀ ਨੂੰ, ਡੀਵੀ ਓਵਰ ਡੀਟੀ। ਅੱਗੇ ਹੁਣ ਆਪਾਂ ਕਿਵੇਂ ਕਰਨਾ? ਡੀਟੀ ਇੱਧਰ ਡਿਵਾਈਡ 'ਚ ਉੱਧਰ ਕੀ ਕਰ ਦੇਣਾ ਆਪਾਂ? ਮਲਟੀਪਲਾਈ ਏ ਡੀਟੀ ਇਕੁਅਲ ਟੂ ਡੀਵੀ। ਹੁਣ ਆਪਾਂ ਬੱਚੋ ਇਹਦੀ ਕੀ ਕਰਨੀ ਹੈ? ਇੰਟੀਗ੍ਰੇਸ਼ਨ। ਇੰਟੀਗ੍ਰੇਸ਼ਨ ਡਿਫਰੈਂਸ਼ੀਏਸ਼ਨ ਜੇ ਰਾਜੇ ਤੁਹਾਨੂੰ ਆਉਂਦੀ ਹੈਗੀ ਤੁਸੀਂ ਫਿਰ ਇਹ ਚੀਜ਼ ਕਰ ਸਕਦੇ ਹੋ। ਇੰਟੀਗ੍ਰੇਸ਼ਨ ਜੇ ਨਹੀਂ ਆਉਂਦੀ ਤਾਂ ਆਪਾਂ ਇਹਦੇ ਵਾਸਤੇ ਸੈਪਰੇਟ ਵੀਡੀਓ ਬਣਾ ਸਕਦੇ ਹਾਂਗੇ ਇੰਟੀਗ੍ਰੇਸ਼ਨ ਔਨ ਬੋਥ ਸਾਈਡ। ਤਾਂ ਇਹ ਮੈਨੂੰ ਦੱਸ ਦਿਓ ਕਮੈਂਟ ਸੈਕਸ਼ਨ 'ਚ। ਨਹੀਂ ਜੇ ਤੁਹਾਨੂੰ ਪਤਾ ਗਈ ਤਾਂ ਇਹਦੇ ਹੁਣ ਅੱਗੇ ਆਪਾਂ ਕੀ ਕਰਨਾ? ਇੰਟੀਗ੍ਰੇਸ਼ਨ। ਇੰਟੀਗ੍ਰੇਸ਼ਨ ਆਪਾਂ ਕਿਵੇਂ ਕਰਾਂਗੇ? ਏ ਡੀ ਟੀ ਇਕੁਅਲ ਟੂ ਡੀ ਵੀ। ਅਤੇ ਇੰਟੀਗ੍ਰੇਸ਼ਨ ਦੀ ਲਿਮਿਟ ਕਿਵੇਂ ਹੋਊਗੀ? ਐਕਸਲਰੇਸ਼ਨ ਆਪਾਂ ਟਾਈਮ, ਟਾਈਮ ਦੀ ਆਪਾਂ ਇੰਟੀਗ੍ਰੇਸ਼ਨ ਕਰ ਰਹੇ ਹਾਂ ਵਿਦ ਵੈਲੋਸਿਟੀ। ਤਾਂ ਐਕਸਲਰੇਸ਼ਨ ਦੀ ਟਾਈਮ ਦੀ ਲਿਮਿਟਸ ਕੀ ਆਪਣੇ ਕੋਲ? ਜਦੋਂ ਟਾਈਮ 0 ਆ ਉਦੋਂ ਤਾਂ ਵੈਲੋਸਿਟੀ ਕਿੰਨੀ ਹੋਊ ਆਪਣੇ ਕੋਲ? ਯੂ ਮਤਲਬ ਇਨੀਸ਼ੀਅਲ ਵੈਲੋਸਿਟੀ ਟਾਈਮ 0 ਦੇ ਲਈ। ਜਦੋਂ ਟਾਈਮ ਆਪਣੇ ਕੋਲ ਟੀ ਹੋਊ ਉਦੋਂ ਆਪਣੇ ਕੋਲ ਵੈਲੋਸਿਟੀ ਕਿੰਨੀ ਹੋ ਜੂਗੀ? ਵੀ ਫਾਈਨਲ ਵੈਲੋਸਿਟੀ। ਪਹਿਲਾਂ ਇਨੀਸ਼ੀਅਲ ਵੈਲੋਸਿਟੀ ਫਿਰ ਫਾਈਨਲ। ਤਾਂ ਇੱਥੇ ਟਾਈਮ ਕਿਵੇਂ ਚੇਂਜ ਹੋ ਰਿਹਾ? ਟਾਈਮ ਚੇਂਜ ਹੋ ਰਿਹਾ 0 to t, ਅਤੇ ਵੈਲੋਸਿਟੀ ਕਿਵੇਂ ਚੇਂਜ ਹੋ ਰਹੀ ਹੈ? ਯੂ ਟੂ ਵੀ। ਤਾਂ ਹੁਣ ਆਪਾਂ ਇਹਦੀ ਇੰਟੀਗ੍ਰੇਸ਼ਨ ਕਰਾਂਗੇ। ਏ ਬਾਹਰ ਆ ਜਾਓ ਆਪਣੇ ਕੋਲ, ਇੱਥੇ ਬਣ ਜਾਓ ਡੀ ਟੀ,
ਜੀਰੋ ਟੂ ਟੀ ਇਕੁਅਲ ਟੂ ਇੱਥੇ ਆਪਣੇ ਕੋਲ ਯੂ ਵੀ ਡੀ ਵੀ ਤਾਂ ਉਹ ਕਿਵੇਂ ਕਰਨਾ ਇਹ ਇੱਥੇ ਆ ਜਾਓ ਆਪਣੇ ਕੋਲ ਟੀ ਟੀ ਦੀ ਲਿਮਿਟ ਆ ਜੀਰੋ ਟੂ ਟੀ ਇਕੁਅਲ ਟੂ ਇੱਥੇ ਆਪਣੇ ਕੋਲ ਵੈਲੋਸਿਟੀ ਇਹਦਾ ਇਹਦੀ ਇੰਟੀਗ੍ਰੇਸ਼ਨ ਆਪਣੇ ਕੋਲ ਡੀ ਵੀ ਦੀ ਇੰਟੀਗ੍ਰੇਸ਼ਨ ਹੁੰਦੀ ਆ ਵੀ ਇਹਦੀ ਯੂਨਿਟ ਲਿਮਿਟ ਆਪਣੇ ਕੋਲ ਯੂ ਟੂ ਵੀ ਤਾਂ ਇਹ ਆਪਣੇ ਕੋਲ ਬਣ ਜੂ ਏ ਟੀ ਮਾਈਨਸ ਜੀਰੋ ਇਕੁਅਲ ਟੂ ਵੀ ਮਾਈਨਸ ਯੂ ਟੀ ਮਾਈਨਸ ਜੀਰੋ ਟੀ ਤਾਂ ਏ ਟੀ ਇਕੁਅਲ ਟੂ ਵੀ ਮਾਈਨਸ ਯੂ ਤਾਂ ਇੱਥੇ ਆਪਣੇ ਕੋਲ ਕੀ ਬਣ ਗਿਆ ਵੀ ਇਕੁਅਲ ਟੂ ਯੂ ਪਲੱਸ ਏ ਟੀ ਹਾਂਜੀ ਇਹ ਆਪਣੇ ਕੋਲ ਕਾਈਨਮੈਟਿਕ ਦੀ ਫਸਟ ਇਕੁਏਸ਼ਨ ਕਾਈਨਮੈਟਿਕ ਦੀ ਫਸਟ ਇਕੁਏਸ਼ਨ ਆਪਾਂ ਐਵੇਂ ਡਰਾਈਵ ਕਰਨੀ ਆ ਇਹ ਆਪਣੇ ਕੋਲ ਕੈਲਕੂਲੇਸ਼ਨ ਮੈਥਡ ਆਏ ਇਹਦੇ ਵਿੱਚ ਆਪਾਂ ਇੰਟੀਗ੍ਰੇਸ਼ਨ ਦੇ ਡਿਫਰੈਂਸ਼ੀਏਸ਼ਨ ਦਾ ਯੂਜ਼ ਕਰਦੇ ਹਾਂ ਇੰਟੀਗ੍ਰੇਸ਼ਨ ਦੇ ਡਿਫਰੈਂਸ਼ੀਏਸ਼ਨ ਤੁਸੀਂ ਪੜ੍ਹਨਾ ਹੁੰਦਾ ਪਲੱਸ ਵਨ ਕਲਾਸ 'ਚ ਤਾਂ ਸਭ ਤੋਂ ਪਹਿਲਾਂ ਇਹ ਆਪਣੇ ਕੋਲ ਫਸਟ ਇਕੁਏਸ਼ਨ ਹੋ ਗਈ ਹੁਣ ਆਪਾਂ ਗੱਲ ਕਰਦੇ ਸੈਕਿੰਡ ਇਕੁਏਸ਼ਨ ਦੀ ਸੈਕਿੰਡ ਇਕੁਏਸ਼ਨ ਕਿਹੜੀ ਆਪਣੇ ਕੋਲ ਐਸ ਇਕੁਅਲ ਟੂ ਯੂ ਟੀ ਪਲੱਸ ਹਾਫ ਏ ਟੀ ਸਕੇਅਰ ਹਾਂਜੀ ਸੈਕਿੰਡ ਇਕੁਏਸ਼ਨ ਕਿਵੇਂ ਆਪਣੇ ਕੋਲ ਆਹ ਵਾਲੀ ਸੈਕਿੰਡ ਇਕੁਏਸ਼ਨ ਹੈ ਐਸ ਇਕੁਅਲ ਟੂ ਯੂ ਟੀ ਪਲੱਸ ਹਾਫ ਏ ਟੀ ਸਕੇਅਰ ਸੈਕਿੰਡ ਇਕੁਏਸ਼ਨ ਆਪਾਂ ਕਿੱਥੋਂ ਸ਼ੁਰੂ ਕਰਾਂਗੇ ਸੈਕਿੰਡ ਇਕੁਏਸ਼ਨ ਸ਼ੁਰੂ ਕਰਨੀ ਆਪਾਂ ਇਹ ਇਕੁਏਸ਼ਨ ਤੋਂ ਵੀ ਇਕੁਅਲ ਟੂ ਡੀ ਐਸ ਓਵਰ ਡੀ ਟੀ ਹਾਂਜੀ ਵਿਲੋਸਟੀ ਕੀ ਹੁੰਦੀ ਹੈ ਆਪਣੇ ਕੋਲ ਚੇਂਜ ਇਨ ਡਿਸਪਲੇਸਮੈਂਟ ਵਿਦ ਟਾਈਮ ਤਾਂ ਵਿਲੋਸਟੀ ਨੂੰ ਆਪਾਂ ਲਿਖਾਂਗੇ ਡੀ ਐਸ ਓਵਰ ਡੀ ਟੀ ਐਸ ਇੱਥੇ ਕੀ ਹੈ ਡਿਸਪਲੇਸਮੈਂਟ ਹੈਗੀ ਤਾਂ ਹੁਣ ਆਪਾਂ ਜਿਵੇਂ ਕਰਨਾ ਵੀ ਡੀ ਟੀ ਇਕੁਅਲ ਟੂ ਡੀ ਐਸ ਇਹ ਹੋ ਗਿਆ ਆਪਣੇ ਕੋਲ ਵੀ ਦੀ ਆਪਾਂ ਇੱਥੋਂ ਵੈਲਿਊ ਭਰਨੀ ਆ ਵੀ ਦੀ ਵੈਲਿਊ ਕੀ ਆਪਣੇ ਕੋਲ ਯੂ ਮਾਈਨਸ ਯੂ ਪਲੱਸ ਏ ਟੀ ਵੀ ਦੀ ਵੈਲਿਊ ਆਪਣੇ ਕੋਲ ਕਿੰਨੀ ਹੈ ਯੂ ਪਲੱਸ ਏ ਟੀ ਤਾਂ ਵੀ ਦੀ ਵੈਲਿਊ ਆਪਾਂ ਇੱਥੇ ਭਰਾਂਗੇ ਯੂ ਪਲੱਸ ਏ ਟੀ ਡੀ ਟੀ ਇਕੁਅਲ ਟੂ ਡੀ ਐਸ ਹੁਣ ਆਪਾਂ ਕੀ ਲੈਣੀ ਇਹਦੀ ਇੰਟੀਗ੍ਰੇਸ਼ਨ ਇੰਟੀਗ੍ਰੇਸ਼ਨ ਔਨ ਬੋਥ ਸਾਈਡਸ ਹਾਂਜੀ ਦੋਵੇਂ ਪਾਸੇ ਹੁਣ ਆਪਾਂ ਇਹਦੇ ਕੀ ਕਰਾਂਗੇ ਇੰਟੀਗ੍ਰੇਸ਼ਨ ਤਾਂ ਸਭ ਤੋਂ ਪਹਿਲਾਂ ਇੰਟੀਗ੍ਰੇਸ਼ਨ ਯੂ ਯੂ ਟੀ ਪਲੱਸ ਏ ਟੀ ਯੂ ਪਲੱਸ ਏ ਟੀ ਡੀ ਟੀ ਟਾਈਮ ਲਿਮਿਟ ਕਿੰਨੀ ਹੋ ਗਈ ਜੀਰੋ ਟੂ ਟੀ ਇਕੁਅਲ ਟੂ ਡੀ ਐਸ ਡੀ ਐਸ ਡਿਸਪਲੇਸਮੈਂਟ ਦੀ ਟਾਈਮ ਲਿਮਿਟ ਕਿੰਨੀ ਹੋ ਗਈ ਜੀਰੋ ਟੂ ਐਸ ਡਿਸਪਲੇਸਮੈਂਟ ਜੀਰੋ ਟੂ ਐਸ ਚੇਂਜ ਹੋ ਰਹੀ ਹੈ ਤਾਂ ਪਹਿਲਾਂ ਜਦੋਂ ਟਾਈਮ ਜੀਰੋ ਆ ਉਦੋਂ ਡਿਸਪਲੇਸਮੈਂਟ ਕਿੰਨੀ ਆਪਣੇ ਕੋਲ ਜੀਰੋ ਤਾਂ ਜਦੋਂ ਟਾਈਮ ਜੀਰੋ ਡਿਸਪਲੇਸਮੈਂਟ ਜੀਰੋ ਜਦੋਂ ਟਾਈਮ ਆਪਣੇ ਕੋਲ ਟੀ ਆ ਉਦੋਂ ਡਿਸਪਲੇਸਮੈਂਟ ਕਿੰਨੀ ਹੋ ਗਈ ਐਸ ਤਾਂ ਇਹ ਆਪਾਂ ਵੈਲਿਊ ਪੁੱਟ ਕਰਤੀ ਹੁਣ ਯੂ ਹੁਣ ਇਹਨੂੰ ਆਪਾਂ ਕੀ ਕਰਾਂਗੇ ਇੰਟੀਗ੍ਰੇਸ਼ਨ ਦੇ ਵਿੱਚ ਕੀ ਹੁੰਦੀ ਹੈ ਸੈਪਰੇਸ਼ਨ ਤਾਂ ਫਸਟ ਬਣ ਜਾਓ ਜੀਰੋ ਟੂ ਟੀ ਯੂ ਡੀ ਟੀ ਪਲੱਸ ਨੈਕਸਟ ਕੀ ਹੋ ਜਾਊ ਜੀਰੋ ਟੂ ਟੀ ਏ ਟੀ ਡੀ ਟੀ ਇਕੁਅਲ ਟੂ ਜੀਰੋ ਟੂ ਐਸ ਡੀ ਐਸ ਇਹ ਇੰਟੀਗ੍ਰੇਸ਼ਨ ਦਾ ਰੂਲ ਹੈਗਾ ਇੱਥੇ ਪਲੱਸ ਸੀ ਡੀ ਟੀ ਅੰਦਰ ਮਲਟੀਪਲਾਈ ਹੋ ਜਾਊ ਇਹਦੇ ਨਾਲ ਹੀ ਮਲਟੀਪਲਾਈ ਹੋ ਇਹਦੇ ਨਾਲ ਵੀ ਹੋ ਜਾਊ ਫਿਰ ਪਲੱਸ ਸੀਗਾ ਤੈਨੂੰ ਸੈਪਰੇਟ ਕਰ ਲਾਂਗੇ ਸੈਪਰੇਟ ਐਵੇਂ ਕਰ ਲਿਆ ਆਪਾਂ ਅੱਗੇ ਯੂ ਬਾਹਰ ਆ ਜਾਊਗਾ ਡੀ ਟੀ ਦੀ ਡਿਫਰੈਂਸ਼ੀਏਸ਼ਨ ਕੀ ਹੁੰਦੀ ਹੈ ਆਪਣੇ ਕੋਲ ਯੂ ਇੰਟੀਗ੍ਰੇਸ਼ਨ ਆਫ ਡੀ ਟੀ ਪਲੱਸ ਇਹਦੇ ਵਿੱਚ ਆਪਣੇ ਕੋਲ ਏ ਬਾਹਰ ਆ ਜਾਊ ਇੰਟੀਗ੍ਰੇਸ਼ਨ ਆਫ ਟੀ ਡੀ ਟੀ ਇਕੁਅਲ ਟੂ ਜੀਰੋ ਐਸ ਡੀ ਐਸ ਐਸ ਡੀ ਐਸ ਦੀ ਇੰਟੀਗ੍ਰੇਸ਼ਨ ਟੀ ਦੀ ਇੰਟੀਗ੍ਰੇਸ਼ਨ ਕੀ ਹੁੰਦੀ ਹੈ ਆਪਣੇ ਕੋਲ ਡੀ ਟੀ ਦੀ ਇੰਟੀਗ੍ਰੇਸ਼ਨ ਕੀ ਹੋਊਗੀ ਟੀ ਟੀ ਹੋਊਗੀ ਜੀਰੋ ਟੂ ਟੀ ਪਲੱਸ ਏ ਡੀ ਟੀ ਦੀ ਇੰਟੀਗ੍ਰੇਸ਼ਨ ਟੀ ਹੁੰਦੀ ਹੈ ਟੀ ਦੀ ਇੰਟੀਗ੍ਰੇਸ਼ਨ ਕੀ ਹੁੰਦੀ ਹੈ ਟੀ ਸਕੇਅਰ ਓਵਰ ਟੂ ਹਾਂਜੀ ਇਹਦੀ ਹੁੰਦੀ ਆਪਣੇ ਕੋਲ ਟੀ ਸਕੇਅਰ ਓਵਰ ਟੂ ਇਕੁਅਲ ਟੂ ਡੀ ਐਸ ਦੀ ਇੰਟੀਗ੍ਰੇਸ਼ਨ ਐਸ ਹੋਊਗੀ ਲਿਮਿਟ ਕਿੰਨੀ ਪੁੱਟ ਕਰਨੀ ਆਪਾਂ ਜੀਰੋ ਟੂ ਐਸ ਹੁਣ ਅੱਗੇ ਕਿਵੇਂ ਕਰਨਾ
ਅੱਗੇ ਹੁਣ ਆਪਣੇ ਕੋਲ ਇੱਥੇ ਬਣ ਗਿਆ ਟੀ, ਹੁਣ ਟੀ ਦੀ ਵੈਲਿਊ ਆਪਾਂ ਪੁੱਟ ਕਰਾਂਗੇ ਟੀ ਮਾਈਨਸ ਜ਼ੀਰੋ, ਤਾਂ ਇਹ ਬਣ ਜੂ ਆਪਣੇ ਕੋਲ ਯੂ ਟੀ ਮਾਈਨਸ ਜ਼ੀਰੋ ਇੱਕ ਪਲੱਸ ਏ ਟੀ ਸਕੇਅਰ, ਇੱਥੇ ਆਪਾਂ ਲਿਮਿਟ ਪੁੱਟ ਕਰਨੀ ਹੈਗੀ ਜ਼ੀਰੋ ਟੂ ਇੱਥੇ, ਸੋਰੀ ਹਾਂਜੀ, ਤਾਂ ਇੱਥੇ ਆਪਾਂ ਟੀ ਦੀ ਵੈਲਿਊ ਪੁੱਟ ਕਰਾਂਗੇ ਜ਼ੀਰੋ ਟੂ ਟੀ ਲਿਮਿਟ, ਤਾਂ ਇੱਥੇ ਆਪਾਂ ਟੀ ਦੀ ਵੈਲਿਊ ਟੀ ਪੁੱਟ ਕਰਾਂਗੇ ਤਾਂ ਏ ਟੀ ਸਕੇਅਰ ਓਵਰ ਟੂ ਇਕੁਅਲ ਟੂ ਐਸ ਦੀ ਲਿਮਿਟ ਪੁੱਟ ਕਰਾਂਗੇ ਐਸ ਮਾਈਨਸ ਜ਼ੀਰੋ, ਤਾਂ ਇਹ ਕੀ ਬਣ ਜੂ ਆਪਣੇ ਕੋਲ ਯੂ ਟੀ ਪਲੱਸ ਵਨ ਬਾਏ ਟੂ ਏ ਟੀ ਸਕੇਅਰ ਇਕੁਅਲ ਟੂ ਐਸ, ਤਾਂ ਇਹ ਆ ਬੱਚੋ ਆਪਣੇ ਕੋਲ ਸੈਕਿੰਡ ਇਕੁਏਸ਼ਨ, ਸੈਕਿੰਡ ਇਕੁਏਸ਼ਨ ਇਹਨੂੰ ਨੋਟ ਡਾਊਨ ਕਰ ਲਓ ਸਾਰੇ, ਐਵੇਂ ਕਰਨਾ ਇੰਟੀਗ੍ਰੇਸ਼ਨ, ਇੰਟੀਗ੍ਰੇਸ਼ਨ ਹਜੇ ਵੀ ਜੇ ਕਿਸੇ ਨੂੰ ਨਹੀਂ ਆਉਂਦੀ ਤਾਂ ਦੱਸ ਦਿਓ, ਆਪਾਂ ਇੰਟੀਗ੍ਰੇਸ਼ਨ ਦੇ ਵਾਸਤੇ ਇੱਕ ਸੈਪਰੇਟ ਵੀਡੀਓ ਬਣਾਵਾਂਗੇ। ਨੈਕਸਟ ਆਪਾਂ ਗੱਲ ਕਰਦੇ ਹਾਂ ਥਰਡ ਇਕੁਏਸ਼ਨ ਦੀ, ਥਰਡ ਇਕੁਏਸ਼ਨ ਕਿਵੇਂ ਕਰਨੀ ਹੈ ਡਰਾਈਵ, ਹਾਂਜੀ ਥਰਡ ਇਕੁਏਸ਼ਨ ਆਪਣੇ ਕੋਲ ਆ ਵੀ ਸਕੇਅਰ ਮਾਈਨਸ ਯੂ ਸਕੇਅਰ ਇਕੁਅਲ ਟੂ ਟੂ ਏ ਐਸ, ਇਹਨੂੰ ਆਪਾਂ ਡਰਾਈਵ ਕਰਨ ਵਾਸਤੇ ਕਿੱਥੋਂ ਸ਼ੁਰੂ ਕਰਾਂਗੇ, ਐਕਸਲਰੇਸ਼ਨ ਇਕੁਅਲ ਟੂ ਡੀ ਵੀ ਓਵਰ ਡੀ ਟੀ, ਹਾਂਜੀ ਐਕਸਲਰੇਸ਼ਨ ਕੀ ਆਪਣੇ ਕੋਲ ਚੇਂਜ ਇਨ ਵਲੋਸਿਟੀ ਵਿਦ ਟਾਈਮ, ਤਾਂ ਇੱਥੇ ਆਪਾਂ ਹੁਣ ਕੀ ਕਰਨਾ ਇਹਨੂੰ ਮਲਟੀਪਲਾਈ ਐਂਡ ਡਿਵਾਈਡ ਕਰ ਦਿਓ ਕਿਹਦੇ ਨਾਲ ਡੀ ਐਸ ਨਾਲ, ਤਾਂ ਇੱਕੋ ਹੀ ਗੱਲ ਆ ਮਲਟੀਪਲਾਈ ਡਿਵਾਈਡ ਕਰਤਾ ਸੇਮ ਚੀਜ਼ ਆ, ਹੁਣ ਡੀ ਐਸ ਨੂੰ ਰੀਅਰੇਂਜ ਕਰ ਲਓ ਕੀ ਬਣ ਜੂ ਆਪਣੇ ਕੋਲ ਏ ਇਕੁਅਲ ਟੂ ਡੀ ਵੀ ਓਵਰ ਡੀ ਐਸ ਇੰਟੂ ਡੀ ਐਸ ਓਵਰ ਡੀ ਟੀ, ਡੀ ਐਸ ਓਵਰ ਡੀ ਟੀ ਆਪਾਂ ਇੱਥੇ ਕੀਤਾ ਕੀ ਹੁੰਦਾ ਵਿਲੋਸਟੀ ਦੇ ਕੋਲ ਹੁੰਦਾ, ਤਾਂ ਐਕਸਲਰੇਸ਼ਨ ਬਣ ਗਿਆ ਆਪਣੇ ਕੋਲ ਡੀ ਵੀ ਓਵਰ ਡੀ ਐਸ ਇੰਟੂ ਵਿਲੋਸਟੀ, ਡੀ ਐਸ ਦੂਜੇ ਪਾਸੇ ਲੈ ਜਾਂਗੇ ਆਪਾਂ ਏ ਡੀ ਐਸ ਇਕੁਅਲ ਟੂ ਵੀ ਡੀ ਵੀ, ਹੁਣ ਆਪਾਂ ਬੋਥ ਸਾਈਡ ਕੀ ਕਰਨੀ ਹੈ ਇਹਦੀ ਇੰਟੀਗ੍ਰੇਸ਼ਨ, ਬੋਥ ਸਾਈਡ ਇੰਟੀਗ੍ਰੇਸ਼ਨ ਔਨ ਬੋਥ ਸਾਈਡਸ, ਬੋਥ ਸਾਈਡ ਇੰਟੀਗ੍ਰੇਸ਼ਨ ਕਰਾਂਗੇ ਤਾਂ ਇਹ ਕੀ ਬਣ ਜੂ ਆਪਣੇ ਕੋਲ ਇੰਟੀਗ੍ਰੇਸ਼ਨ ਏ ਬਾਹਰ ਆ ਜੂ ਡੀ ਐਸ ਇਕੁਅਲ ਟੂ ਵੀ ਵੀ ਸੋਰੀ ਵੀ ਨਹੀਂ ਬਾਹਰ ਹੋਣਾ ਇੰਟੀਗ੍ਰੇਸ਼ਨ ਵੀ ਡੀ ਵੀ, ਲਿਮਿਟਸ ਪੁੱਟ ਕਰਨੀਆਂ ਨੇ ਜਦੋਂ ਆਪਣੇ ਕੋਲ ਵਲੋਸਟੀ ਯੂ ਆ ਤਾਂ ਉਦੋਂ ਡਿਸਪਲੇਸਮੈਂਟ ਕਿੰਨੀ ਆ ਜ਼ੀਰੋ, ਵਲੋਸਟੀ ਯੂ ਡਿਸਪਲੇਸਮੈਂਟ ਜ਼ੀਰੋ, ਜਦੋਂ ਆਪਣੇ ਕੋਲ ਵਲੋਸਟੀ ਬੀ ਆ ਉਦੋਂ ਡਿਸਪਲੇਸਮੈਂਟ ਕਿੰਨੀ ਹੋਊਗੀ ਐਸ, ਤਾਂ ਪਹਿਲਾਂ ਇਨੀਸ਼ੀਅਲ ਵਲੋਸਟੀ ਆ ਯੂ ਫਿਰ ਫਾਈਨਲ ਵਲੋਸਟੀ ਆ ਵੀ, ਤਾਂ ਜਦੋਂ ਪਹਿਲਾਂ ਵਲੋਸਟੀ ਤੋਂ ਡਿਸਪਲੇਸਮੈਂਟ ਜ਼ੀਰੋ ਫਾਈਨਲ ਵਲੋਸਟੀ ਦੀ ਡਿਸਪਲੇਸਮੈਂਟ ਕਿੰਨੀ ਹੋਊਗੀ ਐਸ, ਤਾਂ ਆਪਾਂ ਲਿਮਿਟਸ ਕਿੰਨੀਆਂ ਪੁੱਟ ਕਰਾਂਗੇ ਡੀ ਐਸ ਦੀ ਲਿਮਿਟ ਭਰਾਂਗੇ ਜ਼ੀਰੋ ਟੂ ਐਸ ਅਤੇ ਡੀ ਵੀ ਦੀ ਲਿਮਿਟ ਭਰਾਂਗੇ ਯੂ ਟੂ ਵੀ, ਹੁਣ ਆਪਾਂ ਕਿਵੇਂ ਕਰਨਾ ਡੀ ਐਸ ਦੀ ਇੰਟੀਗ੍ਰੇਸ਼ਨ ਕੀ ਹੁੰਦੀ ਹੈ ਐਸ, ਤਾਂ ਇੱਥੇ ਬਣ ਜੂ ਆਪਣੇ ਕੋਲ ਐਸ ਲਿਮਿਟਸ ਨੇ ਜ਼ੀਰੋ ਟੂ ਐਸ ਇਕੁਅਲ ਟੂ ਡੀ ਵੀ ਦੀ ਇੰਟੀਗ੍ਰੇਸ਼ਨ ਕੀ ਹੁੰਦੀ ਆ ਵੀ ਸਕੇਅਰ ਅਪੋਨ ਟੂ, ਅਤੇ ਲਿਮਿਟਸ ਪੁੱਟ ਕਰਾਂਗੇ ਆਪਾਂ ਯੂ ਵੀ, ਹੁਣ ਇੱਥੇ ਆਪਾਂ ਲਿਮਿਟਸ ਐਸ ਜ਼ੀਰੋ ਪੁੱਟ ਕਰਾਂਗੇ ਬਣ ਜੂ ਏ ਐਸ ਮਾਈਨਸ ਜ਼ੀਰੋ ਇਕੁਅਲ ਟੂ, ਇੱਥੇ ਲਿਮਿਟਸ ਪੁੱਟ ਕਰਾਂਗੇ ਕਿ ਬਣੂ ਆਪਣੇ ਕੋਲ ਵੀ ਸਕੇਅਰ ਅਪੋਨ ਟੂ ਮਾਈਨਸ ਯੂ ਸਕੇਅਰ ਅਪੋਨ ਟੂ, ਤਾਂ ਇਹ ਕਿੰਨਾ ਬਣ ਜੂ ਆਪਣੇ ਕੋਲ ਏ ਐਸ ਇਕੁਅਲ ਟੂ ਵੀ ਸਕੇਅਰ ਮਾਈਨਸ ਯੂ ਸਕੇਅਰ ਅਪੋਨ ਟੂ, ਤਾਂ ਟੂ ਉੱਧਰ ਮਲਟੀਪਲਾਈ ਚਲੇ ਗਿਆ ਇਹ ਬਣ ਗਿਆ ਆਪਣੇ ਕੋਲ ਵੀ ਸਕੇਅਰ ਮਾਈਨਸ ਯੂ ਸਕੇਅਰ ਬਰਾਬਰ ਟੂ ਏ ਐਸ,
ਹਾਂਜੀ, ਇਹਦੇ ਨਾਲ ਹੀ ਆਪਣੀ ਥਰਡ ਇਕੁਏਸ਼ਨ ਵੀ ਡਰਾਈਵ ਹੋ ਗਈ। ਤਾਂ ਆਪਾਂ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਇੰਨਾ ਕੀ ਕਰਾਂਗੇ, ਨੈਕਸਟ ਲੈਕਚਰ ਦੇ ਵਿੱਚ ਆਪਾਂ ਇੰਨਾ ਇਕੁਏਸ਼ਨ ਦੇ ਬੇਸ 'ਤੇ ਆਪਾਂ ਕੀ ਕਰਾਂਗੇ, ਨਿਊਮੈਰੀਕਲਸ ਕਰਾਂਗੇ। ਹਾਂਜੀ, ਥੈਂਕ ਯੂ।